ਅਸੀਂ ਕਹਿੰਦੇ ਆ ਨਾ ਕਿ ਦਾਜ ਉਹ ਦੋ ਜਿਹੜਾ ਕਦੇ ਨਾ ਮੁੱਕੇ ਤੇ ਹਮੇਸ਼ਾ ਉਹਨੂੰ ਖੁਸ਼ ਰਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਰਮਾਨ ਆਂਦਾ ਹੈ ਹਰ ਪ੍ਰਮੇਰੇ ਬਾਬਲਾ ਹਰਦੇਵ ਉਦਾਨ ਮੈਂ ਦਾਜ ਹੋਣਾ ਉਹ ਕਿੱਥੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਐਦਾਂ ਦਾ ਦਾਜ ਚਾਹੀਦਾ ਜਿਹੜਾ ਕਦੇ ਨਾ ਮੁੱਕੇ ਤੇ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ੀ ਖੁਸ਼ੀਆਂ ਭਰੇ ਤੇ ਗੁਰਬਾਣੀ ਤੋਂ ਉੱਪਰ ਐਸਾ ਕੋਈ ਦਾਜ ਹੈ ਹੀ ਨਹੀਂ ਜਿਹੜਾ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਸਕਦਾ ਹੋਵੇ। ਦਹੇ ਦੇ ਵਿੱਚ ਦਾਜ ਦੇ ਵਿੱਚ ਗੁਟਕਾ ਸਾਹਿਬ ਮਿਲਿਆ ਸੀ ਤੇ ਕਹਿੰਦੇ ਉਸ ਗੁਟਕਾ ਸਾਹਿਬ ਦੇ ਨਾਲ ਹੀ ਮੈਂ ਜਦੋਂ ਬਾਣੀ ਨੂੰ ਪੜਿਆ ਵਿਚਾਰਿਆ ਕਮਾਇਆ ਤੇ ਉਹਦੇ ਨਾਲ ਹੀ ਮੈਂ ਲੱਖਾਂ ਵੀ ਦੇਖੇ ਕਰੋੜਾਂ ਵੀ ਦੇਖੇ ਤੇ ਅਰਬਾਂ ਵੀ ਦੇਖੇ ਤੇ ਮਿਲਣਾ ਸਾਰਾ ਇੱਥੇ ਹੀ ਆ ਜੇ ਅਸੀਂ ਖੁਸ਼ੀ ਭਾਲਦੇ ਆ ਤਾਂ ਬਾਣੀ ਤੋਂ ਉੱਪਰ ਖੁਸ਼ੀ ਸਾਨੂੰ ਕੋਈ ਨਹੀਂ ਦੇ ਸਕਦਾ ਕਿ ਆਪਣੀ ਆਣ ਵਾਲੀ ਪਨੀਰੀ ਨੂੰ ਸੰਭਾਲਣਾ ਉਹਨਾਂ ਨੂੰ ਜੋ ਚੰਗੀਆਂ ਕਦਰਾਂ ਕੀਮਤਾਂ ਨੇ ਉਹ ਦੇਣੀਆਂ ਜਿਹੜੇ ਬੱਚੇ ਕਿਸੇ ਕਾਰਨਾ ਕਰਕੇ ਨਹੀਂ ਪੜ ਪਾਉਂਦੇ ਉਹਨਾਂ ਨੂੰ ਸਪੋਰਟ ਕਰਨੀ ਉਹਨਾਂ ਨੂੰ ਜਿਹੜੀਆਂ ਚੰਗੀ ਐਜੂਕੇਸ਼ਨ ਦੇਣੀ ਤਾਂ ਕਿ ਉਹ ਆਪਣੀ ਕਮਾਈ ਵੀ ਚੰਗੀ ਕਰ ਸਕਣ ਪਰਿਵਾਰ ਨੂੰ ਚੰਗਾ ਪੜਾ ਜਿਹੜਾ ਅੱਗੇ ਉਹਨਾਂ ਨੂੰ ਪਾਲ ਸਕਣ ਤੇ ਅੱਗੇ ਵਧਾ ਸਕਣ ਤੇ ਉਹਦੇ ਨਾਲ ਨਾਲ ਜੋ ਇਹ ਪੰਜਾਬ ਹੈ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਦੇ ਨਾਂ ਤੇ ਵਸਣ ਦੇ ਲਈ ਜ਼ਰੂਰੀ ਹੈ ਕਿ ਗੁਰੂ ਦੀ ਜੋ ਮर्यादा ਤੇ ਜੋ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਉਹਦੇ ਤੇ ਚੱਲਣਾ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਸਾਦਾਪਨ ਦਿੱਤਾ ਗੁਰੂ ਨਾਨਕ ਦੇਵ ਜੀ ਤੋਂ ਇਹ ਰੀਤ ਸ਼ੁਰੂ ਹੋਈ ਸਾਦੇਪਨ ਦੀ ਤੇ ਅੱਜ ਅਸੀਂ ਉਹਨੂੰ ਹੀ ਪੁਨਰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਜੋ ਕਰਜ਼ੇ ਦੀ ਮਾਰ ਮਾਤਾ ਪਿਤਾ ਨੂੰ ਪੈ ਰਹੀ ਹੈ ਉਹਦੇ ਤੋਂ ਬਚਾ ਕਰਾਉਣ ਦੇ ਲਈ ਇਹ ਇੱਕ ਮੈਸੇਜ ਜਿਹੜਾ ਹੈ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਦਿੱਤਾ ਜਾ ਰਿਹਾ ਸੋ ਅੱਜਕੱਲ ਸਭ ਤੋਂ ਵੱਡੀ ਔਖੇ ਆਈ ਹੁੰਦੀ ਹੈ ਕਿ ਚੰਗੇ ਪਰਿਵਾਰ ਦੋ ਚੰਗੇ ਪਰਿਵਾਰਾਂ ਦਾ ਆਪਸ ਵਿੱਚ ਮਿਲਣਾ ਜੋ ਨਾ ਪਰਿਵਾਰਾਂ ਨੂੰ ਮਿਲਦੇ ਆ ਉਹਨਾਂ ਵਿੱਚ ਵਿਛੜਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦੇ ਇਹਨਾਂ ਨੂੰ ਲੜਕੀ ਦੀ ਹੈ ਕਿਸ ਤਰ੍ਹਾਂ ਦੇ ਲੜਕੇ ਦਾ ਇਹਨਾਂ ਨਾਲ ਮੈਚ ਪੈਟ ਸਕਦਾ ਸੋ ਉਸ ਤਰ੍ਹਾਂ ਦੇ ਅਸੀਂ ਕੋਸ਼ਿਸ਼ ਕਰੀਦੀ ਏ ਕਿ ਜਿਹੜੇ ਗੁਣਾ ਦੇ ਧਾਰਨੀ ਹੋਣ ਉਹਨਾਂ ਨੂੰ ਆਪਸ ਵਿੱਚ ਮਿਲਵਾਇਆ ਜਾਂਦਾ ਜਿੱਦਾਂ ਸ਼ੁਰੂਆਤ ਦੇ ਵਿੱਚ ਜਦੋਂ ਦੋ ਪਰਿਵਾਰ ਮਿਲਦੇ ਨੇ ਉਦੋਂ ਹੀ ਕਰਦਾਸ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਅਰਦਾਸ ਹੀ ਦਿੱਤੀ ਹੈ ਕਿ ਕੋਈ ਵੀ ਕਾਰਜ ਕਰਨਾ ਹੈ ਉੱਥੇ ਅਰਦਾਸ ਅਰਦਾਸ ਤੋਂ ਉੱਪਰ ਕੋਈ ਰੀਤੀ ਰਿਵਾਜ ਨਹੀਂ ਹੈ ਸੋਦੋ ਇੱਕ ਅਰਦਾਸ ਤੇ ਇੱਕ ਜਿਹੜੇ ਆਨੰਦ ਕਾਰਜ ਵਿਲੇ ਅਰਦਾਸ ਐਜੂਕੇਟ ਪੰਜਾਬ ਪ੍ਰੋਜੈਕਟ 81 ਸੰਸਥਾ ਵਾ ਜੋ ਗੁਰਸਿੱਖ ਬੱਚਾ ਦੇ ਸਾਤੇ ਢੰਗ ਦੇ ਨਾਲ ਵਿਆਹ ਕਰਵਾਉਂਦੀ ਆ ਸੋਸ ਪ੍ਰੋਜੈਕਟ ਦੇ ਹੈੱਡ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਸੋ ਦੱਸਦੀ ਆ ਕਿ ਪਿਛਲੇ ਦਿਨੀ ਇੱਕ ਫੋਟੋ ਅਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਸਾਤੇ ਢੰਗ ਦੇ ਨਾਲ ਵਿਆਹ ਹੋ ਰਿਹਾ ਵਾ ਅਤੇ ਉਸ ਵਿਵਾਦ ਦੇ ਵਿੱਚ ਗੁਟਕਾ ਸਾਫ ਦਿੱਤਾ ਜਾ ਰਿਹਾ ਵਾ ਸੋ ਉਹ ਬੱਚੇ ਵੀ ਸਾਡੇ ਨਾਲ ਮੌਜੂਦ ਨੇ ਅਤੇ ਪ੍ਰੋਜੈਕਟ ਦੇ ਹੈੱਡ ਜਿਹੜੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਡਮ ਇਹ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ ਕਦੋਂ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਵਾ ਹੁਣ ਤੱਕ ਕਿੰਨੇ ਕ ਬੱਚਿਆਂ ਦੇ ਤੁਸੀਂ ਵਿਆਹ ਕਰਾ ਚੁੱਕ ਤੇ ਇਹ ਜਿਹੜੀ ਸੰਸਥਾ ਹੈ 2006 ਦੇ ਵਿੱਚ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਨੇ ਆਰੰਭ ਕੀਤੀ। ਔਰ ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਸੀ ਕਿ ਆਪਣੀ ਆਣ ਵਾਲੀ ਪਨੀਰੀ ਨੂੰ ਸੰਭਾਲਣਾ, ਉਹਨਾਂ ਨੂੰ ਜੋ ਚੰਗੀਆਂ ਕਦਰਾਂ ਕੀਮਤਾਂ ਨੇ ਉਹ ਦੇਣੀਆਂ। ਜਿਹੜੇ ਬੱਚੇ ਕਿਸੇ ਕਾਰਨਾ ਕਰਕੇ ਨਹੀਂ ਪੜ ਪਾਉਂਦੇ ਉਹਨਾਂ ਨੂੰ ਸਪੋਰਟ ਕਰਨੀ, ਉਹਨਾਂ ਨੂੰ ਜਿਹੜੀਆਂ ਚੰਗੀਆਂ ਐਜੂਕੇਸ਼ਨ ਦੇਣੀ ਤਾਂ ਕਿ ਉਹ ਆਪਣੀ ਕਮਾਈ ਵੀ ਚੰਗੀ ਕਰ ਸਕਣ, ਪਰਿਵਾਰ ਨੂੰ ਚੰਗਾ ਪੜਾ ਜਿਹੜਾ ਅੱਗੇ ਉਹਨਾਂ ਨੂੰ ਪਾਲ ਸਕਣ ਤੇ ਅੱਗੇ ਵਧਾ ਸਕਣ। ਤੇ ਉਹਦੇ ਨਾਲ ਨਾਲ ਜੋ ਇਹ ਪੰਜਾਬ ਹੈ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਦੇ ਨਾਂ ਤੇ ਵਸਣ ਦੇ ਲਈ ਜ਼ਰੂਰੀ ਹੈ ਕਿ ਗੁਰੂ ਦੀ ਜੋ ਮर्यादा ਤੇ ਜੋ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਉਹਦੇ ਤੇ ਚੱਲਣਾ ਤੇ ਉਹ ਅਸੀਂ ਬੱਚਿਆਂ ਨੂੰ ਸਮਝਾਉਣਾ ਹੈ ਕਿ ਕਿਉਂ ਕੀ ਗੁਰੂ ਜੀ ਨੇ ਸਾਨੂੰ ਰਸਤਾ ਦੱਸਿਆ ਤੇ ਉਸ ਰਸਤੇ ਤੇ ਅਸੀਂ ਕਿਵੇਂ ਤੁਰਨਾ ਹੈ ਸੋ ਉਹਦੇ ਲਈ ਹੀ ਇਹ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਸਾਦਾਪਨ ਦਿੱਤਾ ਗੁਰੂ ਨਾਨਕ ਦੇਵ ਜੀ ਤੋਂ ਇਹ ਰੀਤ ਸ਼ੁਰੂ ਹੋਈ ਸਾਦੇਪਨ ਦੀ ਤੇ ਅੱਜ ਅਸੀਂ ਉਹਨੂੰ ਹੀ ਪੁਨਰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਤੱਕ ਕਿੰਨੇ ਕੁ ਤੁਸੀਂ ਜਿਹੜੇ ਵਿਆਹ ਕਰਾ ਚੁੱਕੇ ਹੈ ਵਿਆਹ ਕਿਸ ਤਰ੍ਹਾਂ ਹੁੰਦੇ ਨੇ ਸੋ ਤੋਂ ਉੱਪਰ ਜਿਹੜੇ ਆਨੰਦ ਕਾਰਜ ਆ ਹੋ ਚੁੱਕੇ ਨੇ ਇਹ ਬਿਲਕੁਲ ਸਾਦੇ ਢੰਗ ਦੇ ਨਾਲ ਹੁੰਦੇ ਨੇ ਐ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੋਂ ਦੀ ਵੀ ਲੜਕੀ ਹੋਵੇ ਉੱਥੇ ਆਨੰਦ ਕਾਰਜ ਕੀਤਾ ਜਾਂਦਾ ਹੈ ਫੁੱਲਾ ਸੱਦਾ ਦਿੱਤਾ ਜਾਂਦਾ ਤਾਂ ਕਿ ਪੂਰੇ ਦਾ ਪੂਰਾ ਪਿੰਡ ਆ ਕੇ ਜੋ ਐਗਜ਼ੈਂਪਲ ਸੈੱਟ ਕੀਤੀ ਜਾ ਰਹੀ ਹੈ ਸਾਡੇ ਵਿਆਹ ਦੀ ਉੱਥੇ ਆ ਕੇ ਦੇਖ ਸਕੇ ਤੇ ਬਿਗ ਫੈਟ ਮੈਰिज ਜਿਹੜੀਆਂ ਹੋ ਰਹੀਆਂ ਨੇ ਉਹਨਾਂ ਤੋਂ ਦੂਰੀ ਕਰਕੇ ਤੇ ਨਾਲ ਦੀ ਨਾਲ ਜੋ ਕਰਜ਼ੇ ਦੀ ਮਾਰ ਮਾਤਾ ਪਿਤਾ ਨੂੰ ਪੈ ਰਹੀ ਹੈ ਉਹਦੇ ਤੋਂ ਬਚਾ ਕਰਾਉਣ ਦੇ ਲਈ ਇਹ ਇੱਕ ਮੈਸੇਜ ਜਿਹੜਾ ਹੈ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਦਿੱਤਾ ਜਾ ਰਿਹਾ ਜੀ ਇਹ ਕਿਸ ਤਰ੍ਹਾਂ ਸਿਲੈਕਸ਼ਨ ਹੁੰਦੀ ਹੈ ਜੋੜੇ ਦੀ ਕਿਸ ਤਰ੍ਹਾਂ ਤੁਸੀਂ ਪੂਰੀ ਦੇਖਭਾਲ ਕਰਦੇ ਹੋ ਉਹਨਾਂ ਦੀ ਇਰੇ ਵਿੱਚ ਜਿਸ ਤਰ੍ਹਾਂ ਕੇਜੂਕੇਟ ਪੰਜਾਬ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸੋ ਅੱਜਕੱਲ ਸਭ ਤੋਂ ਵੱਡੀ ਓਕਿਆਈ ਹੁੰਦੀ ਹੈ ਕਿ ਚੰਗੇ ਪਰਿਵਾਰ ਦੋ ਚੰਗੇ ਪਰਿਵਾਰਾਂ ਦਾ ਆਪਸ ਵਿੱਚ ਮਿਲਣਾ ਜਿਹਦੇ ਕਰਕੇ ਅੱਜਕੱਲ ਡਾਈਵੋਰਸ ਕੇਸਿਸ ਵੀ ਕਾਫੀ ਵੱਧ ਰਹੇ ਨੇ ਕਿਉਂਕਿ ਪਤਾ ਨਹੀਂ ਲੱਗਦਾ ਪਹਿਲਾਂ ਪਰਿਵਾਰ ਦਾ ਕੁਝ ਹੋਰ ਹੁੰਦਾ ਬਾਅਦ ਵਿੱਚ ਕੁਝ ਹੋਰ ਹੁੰਦਾ ਸੋ ਜਦੋਂ ਅਸੀਂ ਉਹਨਾਂ ਪਰਿਵਾਰਾਂ ਨੂੰ ਮਿਲਦੇ ਆ ਉਹਨਾਂ ਵਿੱਚ ਵਿਛੜਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦੇ ਇਹਨਾਂ ਨੂੰ ਲੜਕੀ ਦੀ ਹੈ ਕਿਸ ਤਰ੍ਹਾਂ ਦੇ ਲੜਕੇ ਦਾ ਇਹਨਾਂ ਨਾਲ ਮੈਚ ਪੈਟ ਸਕਦਾ ਸੋ ਉਸ ਤਰ੍ਹਾਂ ਦੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਗੁਣਾ ਦੇ ਧਾਰਨੀ ਹੋਣ ਉਹਨਾਂ ਨੂੰ ਆਪਸ ਵਿੱਚ ਮਿਲਵਾਇਆ ਜਾਂਦਾ ਜੀ ਇਸ਼ੁਰਵਾਤ 2006 ਤੋਂ ਸ਼ੁਰੂ ਕੀਤੀ ਸੀਗੀ ਹੁਣ ਤੱਕ 100 ਦੇ ਕਰੀਬ ਤੁਸੀਂ ਵਿਆਹ ਕਰਾ ਚੁੱਕੇ ਹੋ ਹਾਂਜੀ ਸ਼ੁਰੂਆਤ 2006 ਦੇ ਵਿੱਚ ਹੋਈ ਸੀ ਤੇ ਹੁਣ ਤੱਕ 100 ਦੇ ਕਰੀਬ ਹੋ ਚੁੱਕੇ ਨੇ ਔਰ ਇਹਦੇ ਵਿੱਚ ਅਸੀਂ ਇੱਕੋ ਚੀਜ਼ ਕਰਦੇ ਆ ਕਿ ਪੰਗਤ ਤੇ ਸੰਗਤ ਜਿਹੜਾ ਗੁਰੂ ਸਾਹਿਬ ਜੀ ਨੇ ਕਨਸੈਪਟ ਦਿੱਤਾ ਸੀ ਕਿ ਜਦੋਂ ਬਰਾਤ ਆਂਦੀ ਹੈ ਜਦੋਂ ਲੜਕੇ ਵਾਲੇ ਆਂਦੇ ਨੇ ਉਦੋਂ ਜਿਹੜੀ ਐ ਸਿੰਪਲ ਪੰਗਤ ਦੇ ਵਿੱਚੀ ਉਹਨਾਂ ਨੂੰ ਚਾਹ ਪਾਣੀ ਛਕਾਇਆ ਜਾਂਦਾ ਤੇ ਉਹਦੇ ਉਸ ਤੋਂ ਬਾਅਦ ਸਾਰੀ ਹੀ ਸੰਗਤ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਕੀਰਤਨ ਦਾ ਆਨੰਦ ਮਾਣਦੇ ਨੇ ਲਾਵਾਂ ਦਾ ਪਾਠ ਸਰਵਣ ਕਰਦੇ ਨੇ ਕਥਾ ਦਾ ਆਨੰਦ ਮਾਣਦੇ ਨੇ ਤੇ ਉਸ ਤੋਂ ਬਰੰਤ ਜਿਹੜਾ ਲੰਗਰ ਹੈ ਜਿਹੜੇ ਜਿਹਨੂੰ ਆਪਾਂ ਕਹਿੰਦੇ ਰੋਟੀ ਹੈ ਉਹ ਲੰਗਰ ਹੈ ਉਹ ਸਾਰਾ ਪੰਗੇ ਦੇ ਵਿੱਚ ਹੀ ਛਕਾਇਆ ਜਾਂਦਾ ਯਾਨੀ ਕਿ ਇਸ ਵਿਆਹ ਦੇ ਵਿੱਚ ਨਾ ਕੋਈ ਡੀਜੇ ਹੁੰਦਾ ਵਾ ਨਾ ਹੀ ਕੋਈ ਵੱਡੇ ਸਮਾਗਮ ਹੁੰਦੇ ਨੇ ਸਿਰਫ ਸਿੰਪਲ ਢੰਗ ਦੇ ਨਾਲ ਵਿਆਹ ਹਾਂਜੀ ਕੋਈ ਰੀਤੀ ਰਿਵਾਜ ਨਹੀਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਜਦੋਂ ਦੋ ਪਰਿਵਾਰ ਮਿਲਦੇ ਨੇ ਉਦੋਂ ਹੀ ਕਰ ਅਰਦਾਸ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਅਰਦਾਸ ਹੀ ਦਿੱਤੀ ਹੈ ਕਿ ਕੋਈ ਵੀ ਕਾਰਜ ਕਰਨਾ ਹੈ ਉੱਥੇ ਅਰਦਾਸ ਅਰਦਾਸ ਤੋਂ ਉੱਪਰ ਕੋਈ ਰੀਤੀ ਰਿਵਾਜ ਨਹੀਂ ਹੈ ਸੋ ਦੋ ਇੱਕ ਅਰਦਾਸ ਤੇ ਇੱਕ ਜਿਹੜੇ ਆਨੰਦ ਕਾਰਜ ਵੇਲੇ ਅਰਦਾਸ ਅੱਛਾ ਦਾਜ ਦੇ ਵਿੱਚ ਜਿਵੇਂ ਪਿਛਲੇ ਨਵੇਂ ਦੱਸਿਆ ਕਿ ਇੱਕ ਫੋਟੋ ਵਾਇਰਲ ਹੋਈ ਸੀ ਉਸ ਦਾਜ ਦੇ ਵਿੱਚ ਗੁਟਕਾ ਸਾਹਿਬ ਦੇ ਰਹੇ ਹੋ ਤੁਸੀਂ ਸੋ ਉਹ ਕਿਸ ਤਰ੍ਹਾਂ ਸ਼ੁਰੂਆਤ ਆ ਕਿ ਉਹ ਗੁਟਕਾ ਸਾਹਿਬ ਦੇਣ ਦਾ ਮਕਸਦ ਕੀ ਹੈਗਾ ਅਸੀਂ ਕਹਿੰਦੇ ਆ ਨਾ ਕਿ ਦਾਜ ਉਹ ਦੋ ਜਿਹੜਾ ਕਦੇ ਨਾ ਮੁੱਕੇ ਤੇ ਹਮੇਸ਼ਾ ਉਹਨੂੰ ਖੁਸ਼ ਰਵੇ ਤੇ ਗੁਰੂ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਫਰਮਾਨ ਆਂਦਾ ਹੈ ਹਰਪ੍ਰਮੇਰੇ ਬਾਬਲਾ ਹਰਦੇਵ ਉਹਨਾਂ ਮੈਂ ਦਾਜੋ ਨਾ ਉਹ ਕਿੱਥੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਐਦਾਂ ਦਾ ਦਾਜ ਚਾਹੀਦਾ ਹੈ ਜਿਹੜਾ ਕਦੇ ਨਾ ਮੁੱਕੇ ਤੇ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ੀਆਂ ਖੁਸ਼ੀਆਂ ਭਰੇ ਤੇ ਗੁਰਬਾਣੀ ਤੋਂ ਉੱਪਰ ਐਸਾ ਕੋਈ ਦਾਜ ਹੈ ਹੀ ਨਹੀਂ ਜਿਹੜਾ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਸਕਦਾ ਹੋਵੇ ਤੇ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਜੋ ਕਿ ਇਸ ਵੇਲੇ ਸੰਸਥਾ ਨੂੰ ਚਲਾ ਰਹੇ ਨੇ ਉਹਦੇ ਮੁਖੀ ਨੇ ਉਹਨਾਂ ਨੂੰ ਜਦੋਂ ਉਹਨਾਂ ਦਾ ਅਨੰਦ ਕਰ 1971 ਵਿੱਚ ਹੋਇਆ ਸੀ ਉਹਨਾਂ ਨੂੰ ਵੀ ਦਹੇਜ ਦੇ ਵਿੱਚ ਦਾਜ ਦੇ ਵਿੱਚ ਗੁਟਕਾ ਸਾਹਿਬ ਮਿਲਿਆ ਸੀ ਤੇ ਕਹਿੰਦੇ ਉਸ ਗੁਟਕਾ ਸਾਹਿਬ ਦੇ ਨਾਲ ਹੀ ਮੈਂ ਜਦੋਂ ਬਾਣੀ ਨੂੰ ਪੜਿਆ ਵਿਚਾਰਿਆ ਕਮਾਇਆ ਤੇ ਉਹਦੇ ਨਾਲ ਹੀ ਮੈਂ ਲੱਖਾਂ ਵੀ ਦੇਖੇ ਕਰੋੜਾਂ ਵੀ ਦੇਖੇ ਤੇ ਅਰਬਾਂ ਵੀ ਦੇਖੇ ਤੇ ਮਿਲਣਾ ਸਾਰਾ ਇੱਥੇ ਹੀ ਹੈ ਜੇ ਅਸੀਂ ਖੁਸ਼ੀ ਭਾਲਦੇ ਆ ਤਾਂ ਬਾਣੀ ਤੋਂ ਉੱਪਰ ਖੁਸ਼ੀ ਸਾਨੂੰ ਕੋਈ ਨਹੀਂ ਦੇ ਸਕਦਾ ਹੂੰ ਸੋ ਬਿਲਕੁਲ ਖੁਸ਼ੀ ਜਿਹੜੀ ਆ ਉਹ ਕਿਸ ਤਰ੍ਹਾਂ ਮਿਲ ਸਕਦੀ ਆ ਗੱਲਬਾਤ ਕਰ ਲੈਨੇ ਬਾਈ ਜੀ ਤੁਹਾਡੀ ਫੋਟੋ ਜਿਹੜੀ ਆ ਪਿਛਤ ਨਹੀਂ ਵਾਇਰਲ ਹੋਈ ਸੀ ਜਿਸ ਵਿੱਚ ਗੁਟਕਾ ਸਾਹਿਬ ਮਿਲ ਰਿਹਾ ਵਾ ਸੋ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਸਹਿਯੋਗ ਬਣੇ ਇਸ ਸੰਸਥਾ ਦੇ ਨਾਲ ਕਿਸ ਤਰ੍ਹਾਂ ਜੁੜੇ ਤੁਸੀਂ ਪਹਿਲਾਂ ਮੈਂ ਇੱਕ ਫੈਕਟਰੀ ਕੰਮ ਕਰਦਾ ਸੀਗਾ ਜਿਸ ਪਹਿਲਾਂ ਮੇਰੇ ਵੀਰ ਜੀ ਮਤਲਬ ਜੁੜੇ ਸੀਗੇ ਤੇ ਉਹਨਾਂ ਨੇ ਫਿਰ ਅੰਕਲ ਜੀ ਨੂੰ ਮੇਰੇ ਬਾਰੇ ਦੱਸਿਆ ਮੇਰੇ ਕੇਸ ਵਗੈਰਾ ਕੱਟੇ ਹੋਏ ਸੀਗੇ ਬਿਨਾ ਤੇ ਫਿਰ ਅੰਕਲ ਜੀ ਨੇ ਮੈਨੂੰ ਦੱਸਿਆ ਵੇ ਗੁਰਵਾਨੀ ਨਾਲ ਜੁੜਨਾ ਚਾਹੀਦਾ ਉਹਨੇ ਸਹਿਜ ਬਾਟ ਨੇ ਆਪਣੇ ਅਰਥਾ ਸਮੇਤ ਸਹਿਜ ਬਾਟ ਕਰਨ ਲਈ ਕਿਹਾ ਤੇ ਹੌਲੀ ਹੌਲੀ ਫਿਰ ਮੈਂ ਕੇਸ ਵਗੈਰਾ ਰੱਖੇ ਮਰਤਬਾ ਰਾਇ ਸ਼ਕਲੇਆ ਤੇ ਹੌਲੀ ਹੌਲੀ ਫਿਰ ਅੰਕਲ ਜੀ ਨੇ ਮਤਲਬ ਇਹ ਸੰਸਥਾ ਜਿਲੇ ਆਈ ਨਾਲੇ 2 ਸਾਲ ਹੋ ਗਏ ਇਸ ਸੰਸਥਾ ਚ ਸੇਵਾ ਕਰਦੇ ਆ ਨੂੰ ਤੇ ਹੁਣ ਫਿਰ ਸਾਦੇ ਢੰਗ ਨਾਲ ਮੈਰिज ਕਰਵਾਦਿਆਂ ਕਰ ਰਹੇ ਹਾਂ ਸਾਦੇ ਢੰਗ ਨਾਲ ਤੁਸੀਂ ਬਿਲਕੁਲ ਵਿਆਹ ਕਰਾਇਆ ਹਾਂਜੀ ਹਾਂਜੀ ਸੋ ਬੜੇ ਲੋਕਾਂ ਨੂੰ ਚਾਹ ਹੁੰਦਾ ਕਿ ਅਸੀਂ ਵਧੀਆ ਢੰਗ ਦੇ ਨਾਲ ਵਿਆਹ ਕਰਾਈਏ ਡੀਜੇ ਹੋਵੇ ਕਾਰ ਦੇ ਵਿੱਚ ਮਹਿਮਾਨ ਆਹਣ ਹਾਈ ਫਾਈ ਮੈਰਿਜ ਹੋਵੇ ਸੋ ਕਿਸ ਤਰ੍ਹਾਂ ਉਸ ਸੋਚ ਤੋਂ ਕਿਸ ਤਰ੍ਹਾਂ ਇਸ ਸੋਚ ਵੱਲ ਆਏ ਤੁਸੀਂ ਦੇਖੋ ਜੇ ਅੱਜ ਕੱਲ ਆਪਾਂ ਪੈਸਾ ਲਾ ਕੇ ਵੀ ਕਰਦੇ ਹਾਂ ਠੀਕ ਹੈ ਕਰਜ਼ਾ ਝੜੋਣੇ ਦਾ ਕੰਮ ਹੋ ਜਾਂਦਾ ਠੀਕ ਹੈ ਜੀ ਤੇ ਇਹ ਸਦਾ ਮਤਲਬ ਸਾਰੇ ਨੂੰ ਐਵੇਂ ਕਰਨਾ ਚਾਹੀਦਾ ਜਿਵੇਂ ਆਪਣਾ ਪ੍ਰਾਂਤ ਚੱਲਦਾ ਆ ਰਿਹਾ ਹੈ ਤੇ ਇੱਕ ਨਹੀਂ ਸਾਰੇ ਨੂੰ ਸਦੀ ਮੈਰੀ ਕਰਨੀ ਚਾਹੀਦੀ ਹੈ ਜੀ। ਤਾਂ ਬਿਲਕੁਲ ਖਾਸ ਕਰ ਕੁੜੀ ਵਾਲਿਆਂ ਉੱਤੇ ਬੜਾ ਬੋਝ ਪੈ ਜਾਂਦਾ ਜਦੋਂ ਵਿਆਹ ਕਰਨਾ ਹੋਵੇ ਤਾਂ ਬਹੁਤ ਖਰਚੇ ਜਿਹੜੇ ਆ ਉਹ ਕੁੜੀ ਵਾਲਿਆਂ ਦੇ ਮਾਪਿਆਂ ਦੇ ਸਿਰ ਦੇ ਉੱਤੇ ਪੈ ਜਾਂਦੇ ਨੇ। ਸੋ ਗੱਲਬਾਤ ਕਰ ਰਹੇ ਆ ਕਿਸ ਤਰ੍ਹਾਂ ਦੇਖਦੇ ਹੋ ਸਾਦੇ ਢੰਗ ਦੇ ਨਾਲ ਵਿਆਹ ਹੋਇਆ ਮਾਤਾ ਪਿਤਾ ਜੀ ਬੜੇ ਖੁਸ਼ ਹੋ ਜਾਂਦੇ ਨੇ ਕਿ ਬੜਾ ਸਾਦੇ ਢੰਗ ਨਾਲ ਵਿਆਹ ਹੋ ਗਿਆ। ਜ਼ਿਆਦਾਤਰ ਬੋਝ ਜਿਹੜਾ ਵਾ ਕੁੜੀ ਵਾਲਿਆਂ ਦੇ ਮਾਪਿਆਂ ਤੇ ਪੈਂਦਾ ਵਾ। ਸੋ ਕਿਸ ਕੀ ਮੈਸੇਜ ਦੇਣਾ ਚਾਹੁੰਗਾ। ਹਾਂਜੀ ਬਿਲਕੁਲ ਮੇਰੇ ਮੰਮੀ ਡੈਡੀ ਤਾਂ ਬਹੁਤ ਖੁਸ਼ ਹੋਏ ਸੀ ਕਿ ਉਹਨਾਂ ਨੂੰ ਇੱਕ ਗੁਰਸਿੱਖ ਪਰਿਵਾਰ ਮਿਲਿਆ ਇਸ ਕਰਕੇ ਉਹਨਾਂ ਨੂੰ ਕਿਸੇ ਗੱਲ ਦੀ ਫਿਕਰ ਹੀ ਨਹੀਂ ਸੀਗੀ ਕਿਸੇ ਵੀ ਗੱਲ ਦੀ ਤੇ ਉਹ ਤਾਂ ਬਹੁਤ ਖੁਸ਼ ਸੀਗੇ ਵੀ ਸਾਡਾ ਵਿਆਹ ਹੋ ਰਿਹਾ ਵਾ ਸਾਨੂੰ ਵੀ ਖੁਸ਼ੀ ਹੋਈ ਸੀਗੀ ਬਹੁਤ ਪਹਿਲਾਂ ਹੁੰਦਾ ਹਰੇਕ ਕੁੜੀ ਨੂੰ ਚਾਹ ਵੀ ਉਹ ਤਿਆਰ ਹੋਵੇ ਜਦਦਾ ਕੁਝ ਹੋਵੇ ਮਤਲਬ ਮੈਰਿਜ ਦੇ ਵਿੱਚ ਤੇ ਬਟ ਜਦੋਂ ਅਸੀਂ ਅੰਕਲ ਜੀ ਦੀ ਪਹਿਲੀ ਮੀਟਿੰਗ ਦੇ ਵਿੱਚ ਅੰਕਲ ਜੀ ਦੀਆਂ ਗੱਲਾਂ ਸੁਣੀਆਂ ਉਹਨਾਂ ਨੇ ਗੁਰਬਾਣੀ ਬਾਰੇ ਦੱਸਿਆ ਤੇ ਸਾਡੇ ਵਿਆਹ ਬਾਰੇ ਦੱਸਿਆ ਉਹਨਾਂ ਦੀ ਗੱਲਾਂ ਤੋਂ ਇੰਪ੍ਰੈਸ ਹੋ ਕੇ ਸਾਡਾ ਉਧਰ ਵਿਚਾਰ ਗਿਆ ਹੀ ਨਹੀਂ ਉਦਾਂ ਨਹੀਂ ਮੈਰਿਜ ਕਰਨ ਦਾ بس ਉਹਨਾਂ ਦੀ ਗੱਲ ਮੰਨੀ ਤੂੰ ਸਾਦਾ ਵਿਆਹ ਕੀਤਾ ਪੜਾਈ ਤੋਂ ਬਾਅਦ ਮਾਪੇ ਜਰੂ ਸੋਚਦੇ ਕਿ ਕੁੜੀ ਦਾ ਵਿਆਹ ਕਰਨਾ ਵਾ ਕੁਝ ਜੋੜੀਏ ਦਾਹਜ ਲਈ ਦੇ ਕੁਝ ਦੇਣਾ ਵਾ ਸੋ ਤਿਆਰੀ ਵੀ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਫਿਰ ਸਾਦੇ ਢੰਗ ਦੇ ਨਾਲ ਹੀ ਵਿਆਹ ਕਰਨ ਦਾ ਸੋਚਿਆ ਹੀ ਸ਼ੁਰੂ ਹੋਈ ਹਾਂਜੀ ਬਿਲਕੁਲ ਤਿਆਰੀਆਂ ਤਾਂ ਚੱਲ ਹੀ ਰਹੀਆਂ ਸੀਗੀਆਂ ਉਹਨਾਂ ਵੱਲੋਂ ਤੇ ਬਟ ਸਾਨੂੰ ਨਹੀਂ ਪਤਾ ਸੀ ਕਿ ਅਸੀਂ ਇੱਧਰ ਆਣਾ ਵਾ ਬਟ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਗੱਲ ਮੰਨੀ ਉਹਨਾਂ ਦੀ ਤੇ ਸਾਨੂੰ ਤਾਂ ਖੁਸ਼ੀ ਸੀ ਕਿ ਸਾਦਾ ਵਿਆਹ ਕਰਵਾ ਕੇ ਅਸੀਂ ਤਾਂ ਖੁਸ਼ ਰਹਿਾਂਗੇ ਦਾਜ ਦੇ ਵਿੱਚ ਗੁੜਸਾ ਗੁੜਕਾ ਸਾਹਿਬ ਲੈ ਕੇ ਗਏ ਹੋ ਸੋ ਹੁਣ ਉਹਨਾਂ ਨੂੰ ਪੜ ਰਹੇ ਹਾਂ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਕੀ ਮੈਸੇਜ ਦੇ ਰਹੇ ਹੋ ਚੰਗਾ ਹਾਂਜੀ ਬਿਲਕੁਲ ਪੜਦੇ ਹਾਂ ਅਸੀਂ ਉਹਨਾਂ ਨੂੰ ਸਵੇਰੇ ਉੱਠ ਕੇ ਨਿਤਨੇਮ ਕਰਦੇ ਹਾਂ ਸ਼ਾਮ ਨੂੰ ਰਹਿਰਸ ਦਾ ਪਾਠ ਵੀ ਕਰਦੇ ਹਾਂ ਤੇ ਬਸ ਇਹੀ ਆ ਵੀ ਅੱਗੇ ਵੀ ਉਹਨਾਂ ਨੂੰ ਪੜਦੇ ਹੀ ਰਹਿਣਾ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕੁੜੀ ਹੈਗੇ ਹੋ ਵਿਆਹ ਹੋਇਆ ਤੁਹਾਡਾ ਵੀ ਕੀ ਮੈਸੇਜ ਦੇਣਾ ਚਾਹੋਗੇ ਸਮਾ ਮੇਰਾ ਮੈਸੇਜ ਤਾਂ ਇਹੀ ਹੈ ਵੀ ਸਾਰਿਆਂ ਨੂੰ ਇਦਾਂ ਸਿੰਪਲ ਤੇ ਸਾਦਾ ਵਿਆਹ ਹੀ ਕਰਵਾਉਣਾ ਚਾਹੀਦਾ। ਸੋ ਬਿਲਕੁਲ ਇੱਕ ਹੋਰ ਕਪਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਰਹੇ ਆ। ਆ ਪਾਜੀ ਕਿਸ ਤਰ੍ਹਾਂ ਇਹ ਸੁਜੋਗ ਬਣੇ ਸੀਗੇ? ਗੱਲਬਾਤ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਸਾਰੀ? ਗੱਲਬਾਤ ਵੀ ਵੀਰ ਜੀ ਐਵੇਂ ਕਿ ਪੈਸੇ ਪਏ ਜਸਵਿੰਦਰ ਸਿੰਘ ਖਾਲਸਾ ਨੇ ਆਪ ਹੀ ਸਾਰਾ ਕੁਝ ਕਰਿਆ ਸੀਗਾ। ਤੇ ਸਾਡੀ ਅਰਦਾਸ ਹੋਈ ਸੀ ਟਾਲਿਆਣਾ ਸਾਹਿਬ ਰਾਏਕੋਟ ਤੇ ਉਸ ਤੋਂ ਬਾਅਦ ਸਾਡੇ ਫਿਰ ਕਾਰਜ 14-15 ਦਿਨ ਦਾ ਗੈਪ ਸੀਗਾ ਫਿਰ ਉਸ ਤੋਂ ਬਾਅਦ ਸਾਡੇ ਵਿਆਹ ਹੋਇਆ ਸੀ ਅਜੀਮੇ ਕਿ ਮੈਂ ਗੱਲਬਾਤ ਕਰ ਰਹੀ ਸੀ ਕਿ ਬੜਾ ਹੁੰਦਾ ਕਿ ਪ੍ਰੈਸ਼ਰ ਕੀ ਆਪਾਂ ਵਿਆਹ ਵਧੀਆ ਢੰਗ ਨਾਲ ਕਰਾਈਏ ਘਰ ਦੇ ਵਿੱਚ ਹੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਆਪਣੇ ਰਿਸ਼ਤਦਾਰਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਵਧੀਆ ਢੰਗ ਨਾਲ ਵਿਆਹ ਕੀਤਾ ਵਾ ਸੋ ਪਰਿਵਾਰਕ ਮੈਂਬਰ ਉਹ ਜਦੋਂ ਤੁਸੀਂ ਬੁਲਾਏ ਕਿ ਸਾਡੇ ਢੰਗ ਦੇ ਨਾਲ ਵਿਆਹ ਹੋ ਰਿਹਾ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਅ ਮੇਰੇ ਪਹਿਲਾਂ ਤਾਂ ਜਿਵੇਂ ਤੁਹਾਨੂੰ ਪਤਾ ਯੰਗਸਟਰ ਹਰ ਕੋਈ ਚਾਹੁੰਦਾ ਵੀ ਸਾਡਾ ਵਿਆਹ ਹਨਾ ਹਾਈ ਮੇਰਾ ਪਾਵਰ ਨਾਲ ਹੋਇਆ ਜਿਵੇਂ ਸਾਰਾ ਕੁਝ ਧਾਮ-ਜਮਾ ਵਧਿਆ ਹੋਵੇ ਬਟ ਜਿਵੇਂ ਮੇਰਾ ਵਿਆਹ ਹੋਇਆ ਵੀ ਮੇਰੇ ਰਿਲੇਟਿਵ ਸਾਰੇ ਖੁਸ਼ ਹੋਏ ਗਏ ਨੇ ਤੇ ਬੜਾ ਸਮਾਜ ਨੂੰ ਮੈਸੇਜ ਗਿਆ ਮੈਂ ਆਪ ਚਾਹੁੰਦਾ ਸੀ ਵੀ ਮੇਰੇ ਜਿਹੜੇ ਰਿਲੇਟਿਵਸ ਨੇ ਇੰਨਾ ਖਰਚਾ ਕਰਕੇ ਆਪਣੇ ਵਿਆਹ ਪੈਲੇਸਾਂ ਚ ਕਰ ਦਿੰਨੇ ਆ ਗੱਡੀਆਂ ਵਗੈਰਾ ਕਿੰਨੀਆਂ ਮਹਿੰਗੀਆਂ ਮੈਂ ਕਿਹਾ ਤੁਹਾਨੂੰ ਪਤਾ ਅੱਜਕੱਲ ਤੇ ਉਹ ਵੀ ਬੜੇ ਖੁਸ਼ ਹੈ ਮੇਰੇ ਜਿਹੜੇ ਇਨ-ਲੋਜ਼ ਨੇ ਉਹ ਵੀ ਉਹਨਾਂ ਦੇ ਜਿਹੜੇ ਅੱਗੇ ਰਿਲੇਟਿਵਸ ਨੇ ਆ ਉਹਨਾਂ ਦੇ ਜਿਹੜਾ ਪਿੰਡ ਵਾਲੇ ਨੇ ਤੇ ਉਹ ਵੀ ਬੜੇ ਆ ਕੇ ਖੁਸ਼ ਹੋਏ ਤੇ ਉਸਗੋ ਸੰਸਥਾਵਾਂ ਕਹਿ ਰਹੇ ਨੇ ਵੀ ਐਵੇਂ ਕੋਈ ਸਾਡੇ ਆਓ ਤੇ ਸਾਡੇ ਵੀ ਇਹੋ ਜਿਹਾ ਕੋਈ ਕਾਰਜ ਆ ਕੇ ਆਰੰਭ ਕਰੋ ਤੇ ਲੋਕ ਜੁੜ ਰਹੇ ਨੇ ਕੋਈ ਉੱਥੇ ਜਦੋਂ ਵਿਆਹ ਤੇ ਆਏ ਤੁਹਾਡੇ ਰਿਸ਼ਤੇਦਾਰੀ ਆਏ ਹੋਰ ਬਹੁਤ ਸਾਰੇ ਨੌਜਵਾਨ ਹੋਣੇ ਆ ਉਹ ਜੁੜੇ ਆ ਕੇ ਕਿ ਅਸੀਂ ਵੀ ਇਸ ਤਰ੍ਹਾਂ ਵਿਆਹ ਕਰਾਉਣਾ ਚਾਹੁੰਦੇ ਆ ਹਾਂਜੀ ਵੀਰੇ ਬਿਲਕੁਲ ਕਿਉਂਕਿ ਸਿੰਪਲ ਤੇ ਸਾਦਾ ਵਿਆਹ ਨਾ ਕੋਈ ਕਰਜ਼ਾ ਤੇ ਨਾ ਕੋਈ ਹਨਾ ਕੋਈ ਦਾਜ ਲੈਣਾ ਨਹੀਂ ਕੋਈ ਦੇਣਾ ਨਹੀਂ ਕੁਝ ਤੇ ਕਿਉਂਕਿ ਇੱਕ ਟੈਂਪਰੇਰੀ ਖੁਸ਼ੀ ਹੁੰਦੀ ਆ ਜੇ ਆਪਾਂ ਕਰਜ਼ੇ ਨਾਲ ਵਿਆਹ ਕਰਦੇ ਆ ਤੇ ਇਹ ਪਰਮਨੈਂਟ ਖੁਸ਼ੀਆਂ ਆ ਗੁਰੂ ਗੁਰੂ ਸਾਹਿਬ ਨੇ ਗੁਟਕਾ ਸਾਹਿਬ ਬਖਸ਼ਿਆ ਸਾਨੂੰ ਨਾ ਬਾਣੀ ਪੜ ਕੇ ਸਾਰਾ ਜੀਵਨ ਸਫਲਾ ਹੁੰਦਾ ਤੇ ਉਵੇਂ ਫਿਰ ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ ਵਾਲਾ ਕੰਮ ਹੈ ਜਿਨੇ ਕੁੜੀ ਦੇਤੀ ਉਹਨੇ ਸਭ ਕੁਝ ਦੇ ਦਿੱਤਾ ਹੈਨਾ ਨਹੀਂ ਸਹੀ ਗੱਲ ਵੀਰੇ ਜਿਨੇ ਕੁੜੀ ਦੇਦੇ ਸਭ ਕੁਝ ਦੇਤਾ ਤੇ ਉਵੇਂ ਵੀ ਤੁਹਾਨੂੰ ਦੱਸਿਆ ਜਿਵੇਂ ਜਸਪ੍ਰ ਭੰਜੇ ਨੂੰ ਦੱਸਿਆ ਵੀ 100 ਪਲਸ ਜੋੜੀਆਂ ਦੇ ਆਨੰਦ ਕਾਰਜ ਇਹਨਾਂ ਨੇ ਕੀਤੇ ਨੇ ਤੇ ਉਵੇਂ ਵੀ ਅੱਗੇ ਵੀ ਸਾਡਾ ਐਵੇਂ ਹੀ ਰਹੇਗਾ ਸਾਡੇ ਜਿਨ੍ਹਾਂ ਹੋ ਸਕਦਾ ਚੰਦ ਜੀ ਅੱਗੇ ਵੀ ਇਦਾਂ ਹੀ ਪ੍ਰਥਾ ਚੱਲਦੀ ਰਹੇ ਲੋਕ ਇਸ ਤਰ੍ਹਾਂ ਹੀ ਸਾਡੇ ਢੰਗ ਨਾਲ ਵਿਆਹ ਕਰਾਉਂਦੇ ਨੇ ਹਾਂਜੀ ਬਿਲਕੁਲ ਕਿਉਂਕਿ ਇੱਕ ਇੱਕ ਐਗਜ਼ਾਮਪਲ ਸੈੱਟ ਹੋ ਗਿਆ ਹੈ ਹੋਰ ਲੋਕਾਂ ਲਈ ਕਿ ਹਾਂ ਇਦਾਂ ਵੀ ਕੁਝ ਹੋ ਸਕਦਾ ਹੈ ਕਿਉਂਕਿ ਕਿਸੇ ਨੂੰ ਨਹੀਂ ਇਵਨ ਮੈਂ ਆਪਣੇ ਬਾਰੇ ਗੱਲ ਕਰਾਂ ਸਾਡੇ ਰਿਲੇਟਿਵਸ ਜਾਂ ਪਿੰਡ 'ਚੋਂ ਜੋ ਵੀ ਆਏ ਕਿਸੇ ਨੂੰ ਨਹੀਂ ਸੀ ਪਤਾ ਕਿ ਇਦਾਂ ਵੀ ਕੁਝ ਹੋ ਸਕਦਾ ਹੈ ਤੇ ਇਵਨ ਉਹ ਮੈਨੂੰ ਆ ਕੇ ਜਦੋਂ ਮੈਂ ਆਪਣੇ ਘਰ ਗਈ ਤਾਂ ਮੈਨੂੰ ਕਹਿ ਰਹੇ ਸੀ ਮਨਿਕਾ ਤੇਰਾ ਵਿਆਹ ਬਹੁਤ ਵਧੀਆ ਹੋਇਆ ਤੇ ਅਸੀਂ ਵੀ ਜਾਣੇ ਕਿ ਸਾਡੀ ਕੁੜੀ ਦਾ ਵਿਆਹ ਇਦਾਂ ਹੋਵੇ ਆ ਮੁੰਡੇ ਦਾ ਵਿਆਹ ਅਨੰਤ ਕਾਚ ਇਦਾਂ ਹੋਵੇ ਮੈਨੂੰ ਲੱਗਦਾ ਹੈ ਇਹ ਵਧੀਆ ਇੱਕ ਐਗਜ਼ਾਮਪਲ ਸੈੱਟ ਹੋ ਰਿਹਾ ਕਿ ਨਾ ਕੋਈ ਬੋਝ ਆ ਪੇਰੈਂਟਸ ਤੇ ਸਗੋ ਬਾਬਰੀ ਦੇ ਨਾਲ-ਨਾਲ ਨਾ ਗੁਰਬਾਣੀ ਪੜ੍ਹਦੇ ਹੋਏ ਅੱਗੇ ਜਾਣ ਪੜਾਈ ਕਰ ਕਰਦੇ 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 ਵੀ ਸੋਚ ਆਉਗੇ ਕਿ ਮਾਪਿਓ ਤੇ ਬੋਝ ਪੈਣਾ ਮੇਰਾ ਵਿਆਹ ਹੋਣਾ ਵਾ ਪਰ ਇਸ ਤਰ੍ਹਾਂ ਸਾਦੇ ਢੰਗ ਨਾਲ ਵਿਆਹ ਹੋ ਗਿਆ ਇੱਕ ਬੋਝ ਵੀ ਉਤਰ ਗਿਆ ਹਾਂਜੀ ਬਿਲਕੁਲ ਹੁੰਦਾ ਹੈ ਆ ਪੇਰੈਂਟਸ ਨੂੰ ਵੀ ਹੁੰਦਾ ਹੈ ਕਿ ਹਾਂ ਚਲੋ ਇਹ ਕਹਿੰਦੇ ਆ ਕਿ ਕੁੜੀਆਂ ਪੜ੍ਹ ਲਿਖ ਜਾਂਦੀ ਉਸ ਤੋਂ ਬਾਅਦ ਵਿਆਹ ਦੀ ਟੈਨਸ਼ਨ ਪੈ ਜਾਂਦੀ ਹੈ ਪੇਰੈਂਟਸ ਨੂੰ ਆਪਣੇ ਆਪ ਤੇ ਪਰ ਸਾਡੇ ਇਦਾਂਸ ਵਿੱਚ ਕੁਝ ਨਹੀਂ ਹੋਇਆ ਤੇ ਮੈਨੂੰ ਇਸ ਕੱਲ ਦੀ ਬਹੁਤ ਖੁਸ਼ੀ ਹੈ। ਸੋ ਮੈਸੇਜ ਦੇ ਦਿਓ ਕੁਝ ਮੈਸੇਜ ਦੇਣਾ ਚਾਹੁੰਗੇ ਤੁਸੀਂ। ਅ ਮੈਸੇਜ ਮੈਂ ਹੀ ਦਵਾਂਗੀ ਕਿ ਜਿੰਨਾ ਕਰਜ਼ਿਆਂ ਤੋਂ ਬਚਿਆ ਜਾ ਸਕੇ ਉਹ ਨਾ ਬਚੋ ਤੇ ਅ ਸਿੰਪਲ ਜਿੰਨਾ ਸਿੰਪਲ ਬਣੋਗੇ ਉਹਨਾਂ ਵਧੀਆ। ਮੰਮੀਓ ਪਾ ਕੀ ਕਰਦੇ ਹੋ ਤੁਹਾਡੇ? ਮੇਰੇ ਮੰਮਾ ਪਾਪਾ ਨੋਰਮਲ ਸਿੰਪਲ ਕਮ ਅ ਜੋਬ ਕਰਦੇ ਕੇ ਆਪਣਾ ਕੰਮ ਉਹਨਾਂ ਦਾ। ਨਹੀਂ ਜੋਬ ਕਰਦੇ ਆ। ਜੋਬ ਕਰਦੇ ਨੇ। ਸੋ ਬਿਲਕੁਲ ਇਹ ਮੈਸੇਜ ਇੱਕ ਚੰਗਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਦੇ ਢੰਗ ਦੇ ਨਾਲ ਵਿਆਹ ਕਿਤੇ ਜਾਣ ਮੈਡਮ ਅਗਲਾ ਪ੍ਰੋਜੈਕਟ ਕੀ ਹੈਗਾ ਕਿਸ ਤਰ੍ਹਾਂ ਹੁਣ ਅੱਗੇ ਸੋਚਿਆ ਇਹ ਪੰਜਾਬ ਦੇ ਵਿੱਚ ਚੱਲ ਰਹੀ ਪ੍ਰਥਾ ਕਿ ਪੂਰੇ ਵਰਲਡ ਵਾਈ ਤੁਸੀਂ ਇਹ ਪ੍ਰਥਾ ਸ਼ੁਰੂ ਕੀਤੀ ਹੈ ਅਸੀਂ ਮੈਸੇਜ ਤਾਂ ਵਰਲਡ ਵਾਈ ਹੀ ਦੇਣੇ ਆ ਪਰ ਜਿੱਥੇ ਤੱਕ ਸਾਡੀ ਪਹੁੰਚ ਹੋ ਸਕੇ ਉੱਥੇ ਅਸੀਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਪਿਛਲੇ ਦਿਨੀ ਅਸੀਂ ਮਈ ਦੇ ਵਿੱਚ ਕਰਸਾਣਾ ਰਾਜਸਥਾਨ ਸ਼੍ਰੀ ਗੰਗਾ ਨਗਰ ਵਿਖੇ ਵੀ ਇਦਾਂ ਦਾ ਇੱਕ ਅਨੰਦ ਕਾਰਜ ਕੀਤਾ ਜਦੋਂ ਉੱਥੇ ਸਾਰੇ ਆਏ ਤੇ ਉਹਨਾਂ ਨੇ ਦੱਸਿਆ ਕਹਿੰਦੇ ਜ਼ਿੰਦਗੀ ਵਿੱਚ ਅਸੀਂ ਪਹਿਲੀ ਵਾਰੀ ਇਦਾਂ ਦਾ ਵਿਆਹ ਦੇਖਿਆ ਕਿ ਜਿਹੜਾ ਬਿਲਕੁਲ ਸਿੰਪਲ ਸੀ ਤੇ ਕੋਈ ਨਾ ਰੋਲਾ ਰੱਪਾ ਨਾ ਖਰਚਾ ਨਾ ਕੁਝ ਤੇ ਪਹਿਲੀ ਵਾਰੀ ਅਸੀਂ ਜ਼ਿੰਦਗੀ ਵਿੱਚ ਜਿਹੜਾ ਬਜ਼ੁਰਗ ਵੀ ਸਾਨੂੰ ਵੀ ਕਹਰੇ ਸਨ ਕਿ ਅਸੀਂ ਪਹਿਲੀ ਵਾਰੀ ਆਪਣੇ ਇਲਾਕੇ ਵਿੱਚ ਇਦਾਂ ਦਾ ਵਿਆਹ ਦੇਖਿਆ ਹੈ ਸੰਸਕ੍ਰਿਪਤ ਪੂਰਾ ਕਿਦਾਂ ਮੈਨੇਜ ਕਰਦੀ ਹੈ ਇਸ ਪ੍ਰੋਜੈਕਟ ਨੂੰ ਕਿਸ ਤਰ੍ਹਾਂ ਚਲਾ ਰਹੀ ਹੈ ਪੈਸੇ ਕਿਸ ਤਰ੍ਹਾਂ ਇਕੱਠੇ ਕਰਨੇ ਕਿਸ ਤਰ੍ਹਾਂ ਮੈਨੇਜ ਕਰ ਰਹੀ ਹੈ ਸੰਸਾ ਵੱਲੋਂ ਕੇਵਲ ਆਨੰਦ ਕਾਰਜ ਦਾ ਹੀ ਪ੍ਰੋਜੈਕਟ ਨਹੀਂ ਹੈਗਾ ਮਤਲਬ ਜਿੱਥੇ ਗਰੀਬ ਲੜਕੀਆਂ ਦੇ ਆਨੰਦ ਕਾਰਜ ਵਿੱਚ ਸਪੋਰਟ ਕੀਤੀ ਜਾਂਦੀ ਹੈ ਵਿਆਹਾਂ ਵਿੱਚ ਸਪੋਰਟ ਕੀਤੀ ਜਾਂਦੀ ਹੈ ਉਹਦੇ ਨਾਲ ਨਾਲ ਸੰਸਾ ਵੱਲੋਂ ਜੋ ਹੋਰ ਪ੍ਰੋਜੈਕਟਸ ਚੱਲ ਰਹੇ ਨੇ ਜਿਦੇ ਵਿੱਚ 8 ਫ੍ਰੀ ਸਕੂਲਸ ਚੱਲ ਰਹੇ ਨੇ ਜਿੱਥੇ ਬੱਚਿਆਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਕੋਈ ਉਹਨਾਂ ਤੋਂ ਫੀਸ ਨਹੀਂ ਲਈ ਜਾਂਦੀ ਉਸ ਤੋਂ ਇਲਾਵਾ ਜਿਹੜੇ ਬੱਚੇ ਕਿਸੇ ਦੂਸਰੇ ਸਕੂਲਾਂ 'ਚ ਪੜ ਰਹੇ ਨੇ ਬਟ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਨਹੀਂ ਕਰ ਪਾਉਂਦੇ ਡਿਊ ਟੂ ਫਾਈਨੈਂਸ਼ੀਅਲ ਕ੍ਰਾਈਸਿਸ ਤਾਂ ਉਹਨਾਂ ਬੱਚਿਆਂ ਨੂੰ ਅਸੀਂ ਫਾਈਨੈਂਸ਼ੀਅਲੀ ਸਪੋਰਟ ਕਰਦੇ ਹਾਂ ਜਦ ਤੱਕ ਉਹਨਾਂ ਨੂੰ ਹੈਲਥੀ ਲੋੜ ਹੈ ਤਾਂ ਕਿ ਆਪਣੇ ਕਿਸੇ ਜ਼ਿੰਦਗੀ ਦੇ ਵਿੱਚ ਆਪਣੇ ਕਿਸੇ ਏਮ ਨੂੰ ਪੂਰਾ ਕਰ ਸਕਣ ਉਹਦੇ ਨਾਲ ਨਾਲ ਕਿਤੇ ਕਿਸੇ ਪਰਿਵਾਰ ਨੂੰ ਕਿਸੇ ਤਰੀਕੇ ਦੀ ਹੈਲਪ ਦੀ ਲੋੜ ਹੈ ਕਿ ਦੋ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਤਾਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਰਾਸ਼ਨ ਦੀ ਸੇਵਾ ਸਵੈਸੇਵਨਾ ਦੀ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਸਵੈਸਤਰਾ ਵੱਖ-ਵੱਖ ਜਿਹੜੇ ਪ੍ਰੋਜੈਕਟਸ ਨੇ ਉਹ ਸੰਸਥਾ ਵੱਲੋਂ ਚਲਾਏ ਜਾ ਰਹੇ ਆ। ਆਪਣੇ ਫੰਡ ਕਿੱਦਾਂ ਅਰੇਂਜ ਕਰਦੇ ਆਂ। ਸਾਰੇ ਸੰਗਤ ਸਪੋਰਟ ਕਰਦੀ ਹੈ ਜੀ ਕਿਉਂਕਿ ਜਿਹਨੂੰ ਜਿਹੜਾ ਸੁਣਦਾ ਹੈ ਦੇਖਦਾ ਹੈ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪ ਆ ਕੇ ਦੇਖੋ ਜਿਹੜੀ ਫਰਸਟ ਹੈਂਡ ਇਨਫੋਰਮੇਸ਼ਨ ਹੁੰਦੀ ਹੈ ਨਾ ਉਹ ਜ਼ਿਆਦਾ ਰਿਲਾਇਬਲ ਹੁੰਦੀ ਹੈ ਸੋ ਅਸੀਂ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ ਕਿ ਆ ਕੇ ਸੰਸਥਾ ਨੂੰ ਦੇਖੋ ਸਕੂਲਾਂ ਨੂੰ ਦੇਖੋ ਜੋ ਬੱਚਿਆਂ ਦੇ ਆਨੰਦ ਕਾਰਜ ਹੋ ਰਹੇ ਉਹਨਾਂ ਨੂੰ ਮਿਲੋ ਉਹਨਾਂ ਦੇ ਪਰਿਵਾਰਾਂ ਵਿੱਚ ਵੀ ਜਾ ਕੇ ਆਓ ਤਾਂ ਉਹਦੇ ਨਾਲ ਇੱਕ ਉਹਨਾਂ ਨੂੰ ਤਸੱਲੀ ਮਿਲਦੀ ਹੈ ਕਿ ਵਾਕਈ ਜਿਹੜਾ ਸੀ ਜੋ ਦਸਵੰਧ ਦੇ ਰਹੇ ਆ ਜੋ ਦਾਨ ਦੇ ਰਹੇ ਆ ਉਹ ਜਿਹੜਾ ਉਹ ਸਹੀ ਅਰਥੇ ਲੱਗ ਰਿਹਾ ਤੇ ਇਦਾਂ ਇਹ ਸੰਗਤ ਦੇ ਡੋਨੇਸ਼ਨ ਦੇ ਨਾਲ ਹੀ ਇਹ ਸਾਰੇ ਪ੍ਰੋਜੈਕਟਸ ਚੱਲ ਰਹੇ ਨੇ ਕਿੰ ਸਾਦੇ ਵਿਆਹ ਦੇ ਲਈ ਸੌ ਤਾਂ ਹੋ ਚੁੱਕੇ ਨੇ ਸੋ ਜਿਵੇਂ ਜਿਵੇਂ ਸਾਨੂੰ ਮਿਲਦੇ ਰਹਿੰਦੇ ਅਸੀਂ ਉਵੇਂ ਨਾਲ ਨਾਲ ਕਰੀ ਜਾ ਰਹੀ ਹੈ ਜੀ ਸੋ ਬਿਲਕੁਲ ਸੋ ਗੱਲਬਾਤ ਕੀਤੀ ਆ ਪ੍ਰੋਜੈਕਟ ਦੇ ਜਿਹੜੇ ਹੈੱਡ ਨੇ ਜਮੇ ਜਾਣਕਾਰੀ ਦਿੱਤੀ ਹੈ ਕਿ ਸਾਦੇ ਢੰਗ ਦੇ ਨਾਲ ਅਸੀਂ ਜਿਹੜਾ ਵਾ ਵਿਆਹ ਕਰਾਨੇ ਆ ਸੋ ਦੇਖਦੇ ਆ ਕਿ ਵਿਆਹਾਂ ਦੇ ਵਿੱਚ ਵੱਡੇ ਵੱਡੇ ਖਰਚੇ ਹੁੰਦੇ ਨੇ ਡੀਜੀ ਹੁੰਦਾ ਵਾ ਹਾਈ ਫਾਈ ਖਾਣਾ ਹੁੰਦਾ ਵਾ ਸੋ ਇੱਥੇ ਸਾਦੇ ਢੰਗ ਦੇ ਨਾਲ ਵਿਆਹ ਕੀਤਾ ਜਾਂਦਾ ਵਾ ਨਾ ਹੀ ਕੋਈ ਦਾਜ ਦਿੱਤਾ ਜਾਂਦਾ ਵਾ ਨਾ ਹੀ ਕੋਈ ਵੱਡਾ ਵਿਆਹ ਹੁੰਦਾ ਵਾ ਪੰਗਤ ਦੇ ਵਿੱਚ ਬੈ ਕੇ ਸੰਗਤ ਨੂੰ ਜਿਹੜਾ ਵਾ ਖਾਣਾ ਖਲਾਇਆ ਜਾਂਦਾ ਵਾ ਅਤੇ ਦਾਜ ਦੇ ਵਿੱਚ ਸ਼੍ਰੀ ਗੁਟਕਾ ਸਾਹਿਬ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਸੋ ਇਹ ਸਾਦੇ ਢੰਗ ਦੇ ਨਾਲ ਇਹ ਸੰਸਥਾ ਵੱਲੋਂ ਵਿਆਹ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਰਾਈ ਜਾ gli lo